ਕਾਲਾ ਚਸ਼ਮਾ। ਕੁਝ ਇਸੇ ਤਰ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ, ਜਿਸ 'ਚ ਸੂਫੀ ਗਾਇਕ ਤੇ ਸਾਂਸਦ ਹੰਸਰਾਜ ਹੰਸ ਕਾਲਾ ਚਸ਼ਮਾ ਲਗਾ ਕੇ ਯੋਗਾ ਕਰੇ ਨੇ। ਹੰਸਰਾਜ ਹੰਸ ਦੇ ਕਾਲਾ ਚਸ਼ਮਾ ਲਗਾ ਕੇ ਯੋਗਾ ਕਰਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ, ਜਿਸ ਤੇ ਲੋਕਾਂ ਵੱਲੋਂ ਖੂਬ ਟ੍ਰੋਲ ਕੀਤਾ ਜਾ ਰਿਹਾ। ਦਰਅਸਲ ਨਵੇਂ ਸਾਂਸਦ ਹੰਸਰਾਜ ਹੰਸ ਯੋਗਾ ਡੇ ਤੇ ਆਪਣੇ ਹਲਕੇ ਦਿੱਲੀ ਸਾਊਥ ਦੇ ਜਪਾਨੀ ਪਾਰਕ ਲੋਕਾਂ ਵਿਚਕਾਰ ਯੋਗਾ ਕਰ ਰਹੇ ਸੀ, ਪਰ ਖਾਸ ਗੱਲ ਇਹ ਸੀ ਕਿ ਸਭ ਦੇ ਵਿਚਕਾਰ ਇਕੱਲੇ ਹੰਸਰਾਜ ਹੰਸ ਹੀ ਅਜਿਹੇ ਸ਼ਖਸ ਸੀ ਜੋ ਕਾਲਾ ਚਸ਼ਮਾ ਲਗਾ ਕੇ ਯੋਗਾ ਕਰ ਰਹੇ ਸੀ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।